ਪੰਜਾਬ ਦੇ ਅੰਦਰ ਲੁੱਟ ਖੋਹ ਤੇ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਦਿਨੋ ਦਿਨ ਇਜ਼ਾਫਾ ਹੁੰਦਾ ਜਾ ਰਿਹਾ ਤੇ ਹੁਣ ਇਲਾਕਿਆਂ ਦੇ ਵਿੱਚ ਕਾਲਾ ਕੱਛਾ ਗਿਰੋਹ ਦੇ ਮੈਂਬਰ ਵੀ ਐਕਟਿਵ ਹੋ ਗਏ ਨੇ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਗਿਰੋਹ ਨਜ਼ਰ ਆ ਰਿਹਾ। ਇਹਨਾਂ ਕੋਲ ਹਥਿਆਰ ਵੀ ਨੇ ਤੇ ਹਥਿਆਰਾਂ ਦੇ ਦਮ ਤੇ ਇਹ ਕਾਲਾ ਕੱਛਾ ਗਿਰੋਹ ਦੇ 6 ਮੈਂਬਰ ਐਕਟਿਵ ਨੇ ਤੇ ਇਲਾਕੇ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ। ਸੀਸੀਟੀਵੀ 'ਚ ਇਹਨਾਂ ਦੀ ਤਸਵੀਰ ਕੈਦ ਹੋਈ ਆ ਜਦੋਂ ਇਹਨਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇੱਕ ਬੁਲਟ ਮੋਟਰਸਾਈਕਲ ਤੇ ਇੱਕ ਐਕਟਿਵਾ ਨੂੰ ਚੋਰੀ ਕੀਤਾ, ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਹੁਣ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ। ਤਾਜ਼ਾ ਮਾਮਲਾ ਸਾਹਮਣੇ ਆਇਆ ਖੋਦਰਾ ਰੋਡ ਵਿਖੇ, ਜਿੱਥੇ ਕਾਲਾ ਕੱਛਾ ਗਿਰੋਹ ਦੇ 6 ਮੈਂਬਰਾਂ ਨੂੰ ਸੀਸੀਟੀਵੀ ਦੇ ਵਿੱਚ ਸਾਫ਼ ਸਾਫ਼ ਵੇਖਿਆ ਜਾ ਸਕਦਾ ਹੈ, ਜਿਨ੍ਹਾਂ ਨੇ ਚੋਪੜਾ ਫਾਰਮ ਹਾਊਸ ਦੇ ਵਿੱਚ ਬੁਲਟ ਮੋਟਰਸਾਈਕਲ ਤੇ ਐਕਟਿਵਾ ਚੋਰੀ ਕੀਤੀ ਹੈ। ਇਸ ਕਾਲਾ ਕੱਛਾ ਗਿਰੋਹ ਦੇ ਮੈਂਬਰਾਂ ਵੱਲੋਂ ਤੜਕੇ ਕਰੀਬ 4 ਵਜੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ। ਫਿਲਹਾਲ ਪੀੜਤ ਵੱਲੋਂ ਹੁਣ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ, ਜਿਸ ਤੋਂ ਬਾਅਦ ਹੁਣ ਪੁਲਿਸ ਵੀ ਆਪਣੀ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ। ਫਿਲਹਾਲ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਕਾਲੇ ਕੱਛੇ ਵਾਲੇ ਸ਼ਰੇਆਮ ਨਜ਼ਰ ਆ ਰਹੇ ਨੇ ਅਤੇ ਲੋਕਾਂ ਦੇ ਦਰਵਾਜ਼ਿਆਂ ਦੇ ਅੱਗੇ ਘੁੰਮਦੇ ਨਜ਼ਰ ਆ ਰਹੇ ਨੇ ਤੇ ਇਸ ਤੋਂ ਇਲਾਵਾ ਇਹਨਾਂ ਨੇ ਇੱਕ ਮੋਟਰਸਾਈਕਲ ਨੂੰ ਚੋਰੀ ਵੀ ਕੀਤਾ ਅਤੇ ਇੱਕ ਸਕੂਟੀ ਨੂੰ ਵੀ ਇਹਨਾਂ ਨੇ ਚੋਰੀ ਕੀਤਾ। ਤਸਵੀਰਾਂ ਫਗਵਾੜਾ ਸ਼ਹਿਰ ਤੋਂ ਸਾਹਮਣੇ ਆਈਆਂ ਨੇ, ਜਿੱਥੇ ਇਹ ਕਾਲਾ ਕੱਛਾ ਗਿਰੋਹ ਦੇ ਮੈਂਬਰ ਐਕਟਿਵ ਨੇ। ਇਹਨਾਂ ਕੋਲ ਤੇਜ਼ਧਾਰ ਹਥਿਆਰ ਵੀ ਨੇ ਤੇ ਹਥਿਆਰਾਂ ਦੇ ਦਮ ਤੇ ਇਹ ਅਤੇ ਰਾਤ ਦੇ ਹਨੇਰੇ ਦੇ ਵਿੱਚ ਇਹਨਾਂ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਲੋਕਾਂ ਦੇ ਦਰਵਾਜ਼ਿਆਂ ਦੇ ਅੱਗੇ ਇਹ ਘੁੰਮਦੇ ਨਜ਼ਰ ਆਏ ਨੇ। ਫਿਲਹਾਲ ਪੁਲਿਸ ਵੱਲੋਂ ਹੁਣ ਕਾਰਵਾਈ ਕੀਤੀ ਜਾ ਰਹੀ ਹੈ। ਫਿਲਹਾਲ ਵੇਖਣਾ ਹੋਵੇਗਾ ਕਿ ਪੁਲਿਸ ਇਹਨਾਂ ਨੂੰ ਫੜਨ ਦੇ ਵਿੱਚ ਕਾਮਯਾਬ ਹੁੰਦੀ ਹੈ ਜਾਂ ਫਿਰ ਇਸੇ ਤਰ੍ਹਾਂ ਇਲਾਕਿਆਂ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਹੁੰਦੀਆਂ ਰਹਿਣਗੀਆਂ। ਅੱਜ ਸਵੇਰੇ 3:30 ਵਜੇ ਤਕਰੀਬਨ ਨਾ ਮੇਰੇ ਕਿਸੇ ਨੇ ਫਾਰਮ ਹਾਊਸ ਦਾ ਦਰਵਾਜ਼ਾ ਤੋੜਿਆ। ਦਰਵਾਜ਼ਾ ਤੋੜ ਕੇ 6 ਬੰਦੇ ਸੀ, ਮੇਰੇ ਕੋਲ ਪੂਰੀ ਰਿਕਾਰਡਿੰਗ ਆ। 6 ਤੋਂ 6 ਬੰਦੇ ਕਾਲੇ ਕੱਛੇ ਪਾਏ ਹੋਏ ਸੀਗੇ, ਹੱਥਾਂ 'ਚ ਹਥਿਆਰ ਸੀਗੇ, ਅੰਦਰ ਵੜੇ ਆ ਦਰਵਾਜ਼ਾ ਤੋੜ ਕੇ, ਅਤੇ ਮੇਰਾ ਇੱਕ ਮੋਟਰਸਾਈਕਲ ਜਿਹੜਾ ਰੋਇਲ ਇਨਫੀਲਡ ਦਾ ਅਤੇ ਇੱਕ ਐਕਟਿਵਾ ਬਰਾਊਨ ਕਲਰ ਦੀ, ਉਹ ਦੋਨੇ ਚੱਕ ਕੇ ਲੈ ਗਏ ਨੇ। ਅਤੇ ਕਿਹੜਾ ਮਾਡਲ ਆ ਜੀ? ਮਾਡਲ ਮੇਰਾ ਹੈਗਾ ਜੀ 2009 ਮਾਡਲ ਆ ਮੋਟਰਸਾਈਕਲ ਦਾ, 2019 ਮੋਟਰਸਾਈਕਲ ਆ ਜੀ, ਅਤੇ ਐਕਟਿਵਾ ਹੈਗੀ ਆ ਮੇਰੀ 2018 ਮਾਡਲ ਐਕਟਿਵਾ ਹੈਗੀ ਮੇਰੀ। ਅਤੇ ਸੀਸੀਟੀਵੀ ਕੈਮਰੇ 'ਚ ਆਏ ਬੰਦੇ? ਹਾਂਜੀ ਸੀਸੀਟੀਵੀ ਕੈਮਰੇ 'ਚ ਆਏ ਜੀ। ਕਿੰਨੇ ਲੋਕ? 6 ਬੰਦੇ ਸੀ ਜੀ, ਅਤੇ ਸੀਸੀਟੀਵੀ ਦੀ ਰਿਕਾਰਡਿੰਗ ਪੂਰੀ ਹੈਗੀ ਆ ਕਿਸ ਤਰ੍ਹਾਂ ਆਪਾਂ ਦਰਵਾਜ਼ਾ ਤੋੜਿਆ ਉਹਨਾਂ ਨੇ ਔਰ ਕਿਸ ਤਰ੍ਹਾਂ ਮੇਰਾ ਮੋਟਰਸਾਈਕਲ ਚੱਕ ਕੇ ਲੈ ਗਏ। ਮੈਂ ਪੁਲਿਸ ਨੂੰ ਸਾਰੀ ਰਿਕਾਰਡਿੰਗ ਦੇ ਦਿੱਤੀ ਆ ਕਲਿਪਸ ਦੇ ਰੂਪ ਦੇ ਵਿੱਚ। ਅਤੇ ਪੁਲਿਸ ਆ ਗਈ ਜੀ ਮੌਕੇ 'ਤੇ? ਪੁਲਿਸ ਮੌਕੇ 'ਤੇ ਆ ਗਈ ਆ ਅਤੇ ਇਹਨਾਂ ਨੇ ਮੇਰੀ ਦਰਜ ਕਰ ਲਈ ਰਿਪੋਰਟ ਜੀ, ਅਤੇ ਕੱਲ੍ਹ ਸਵੇਰ ਵਾਸਤੇ ਇਹਨਾਂ ਨੇ FIR ਉਸ ਵੀ ਕਿਹਾ, ਕੱਲ੍ਹ ਸਵੇਰੇ FIR ਦਰਜ ਕੀਤੀ ਜਾਊਗੀ। ਅਤੇ ਸੀਸੀਟੀਵੀ ਕੈਮਰੇ 'ਚ ਆਏ ਬੰਦੇ? ਹਾਂਜੀ ਹਾਂਜੀ, ਸੀਸੀਟੀਵੀ ਕੈਮਰੇ 'ਚ ਪੂਰੇ ਬੰਦੇ ਆਏ ਨੇ, ਪੂਰੀ ਉਹਨਾਂ ਦੀ ਹਰਕਤਾਂ ਆਈਆਂ, ਉਹਨੇ ਕਿੱਦਾਂ ਦਰਵਾਜ਼ਾ ਤੋੜਿਆ, ਕਿੱਦਾਂ ਮੋਟਰਸਾਈਕਲ ਚੱਕਿਆ, ਉਹ 6 ਦੇ 6 ਬੰਦੇ ਉਹਦੇ ਵਿੱਚ ਸੀਸੀਟੀਵੀ 'ਚ ਹੈਗੇ ਨੇ। ਕਿਸ ਰੋਡ ਦੇ ਉੱਪਰ? ਇਹ ਖੋਤਰਾ ਰੋਡ ਦੇ ਉੱਪਰ ਆ ਜੀ, ਮੇਰੀ ਇੱਥੇ ਗੋਦਾਮ ਹੈਗਾ ਜੀ ਚੋਪੜਾ ਏਜੰਸੀ ਨਾਮ 'ਤੇ। ਜਿੱਦਾਂ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ, ਕੀ ਪ੍ਰਸ਼ਾਸਨ ਕੋਲ ਮੰਗ ਰੱਖਦੇ ਆਪਾਂ? ਮੇਰੀ ਪ੍ਰਸ਼ਾਸਨ ਇਹੀ ਮੰਗ ਆ ਹਰ ਪਾਸੇ ਸਿਕਿਉਰਿਟੀ ਵਧਾਈ ਜਾਵੇ ਔਰ ਜਿਨ੍ਹਾਂ ਨੇ ਚੋਰੀ ਕੀਤੀ ਆ ਉਹ ਜਲਦੀ ਜਲਦੀ ਪਕੜੇ ਜਾਣ। ਉਹਨਾਂ ਨੂੰ ਸਰ ਕੋਈ ਇੱਥੇ ਚੌਂਕੀਦਾਰ ਵਗੈਰਾ ਰੱਖਿਆ ਤੁਸੀਂ? ਨਹੀਂ, ਇੱਥੇ ਕੋਈ ਚੌਂਕੀਦਾਰ ਨਹੀਂ ਹੈਗਾ। ਸੋ ਰਾਤ ਦੀ ਗੱਲ ਹੈ, ਇੱਕ ਆਪਣੇ ਜਿਹੜੀ ਨਿਊ ਪਟੇਲ ਨਗਰ ਅਤੇ ਇੱਕ ਖੋਥਲਾ ਰੋਡ 'ਤੇ ਆ ਚੋਪੜਾ ਕਰੋਕਰੀ ਵਾਲੇ ਨੇ, ਅਤੇ ਜਿੱਥੇ 5-6 ਨੇ ਜੋ ਪ੍ਰਵਾਸੀ ਲੱਗਦੇ ਨੇ, ਜੋ ਉੱਥੇ ਮਤਲਬ ਕਿ ਉਸ ਤਰੀਕੇ ਸਿਰ ਘੁੰਮ ਰਹੇ ਸੀ ਗੈਰ ਕਾਨੂੰਨੀ ਤਰੀਕੇ ਸਿਰ, ਅਤੇ ਉਹਨਾਂ ਨੇ ਉੱਥੋਂ ਇੱਕ ਮੋਟਰਸਾਈਕਲ ਬੁਲਟ ਅਤੇ ਐਕਟਿਵਾ ਚੋਰੀ ਕੀਤੀ ਹੈ। ਅਤੇ ਬਾਕੀ ਅਸੀਂ ਰਾਤ ਵੀ ਕਈ ਰਾਊਂਡ ਅਪ ਕੀਤੇ, ਤਕਰੀਬਨ 20 ਬੰਦੇ ਰਾਊਂਡ ਅਪ ਕੀਤੇ ਨੇ,
ਜੋ ਅਲੱਗ ਅਲੱਗ ਥਾਵਾਂ ਦੇ ਰਹਿਣ ਵਾਲੇ ਨੇ ਉਹਨਾਂ ਨੂੰ ਰਾਊਂਡ ਅਪ ਕਰਕੇ ਫਿਲਹਾਲ ਦੀ ਘੜੀ ਉਹਨਾਂ 'ਤੇ 109 ਦਾ ਕਲੰਦਰਾ ਦਿੱਤਾ ਗਿਆ ਅਤੇ ਬਾਕੀ ਜੋ ਪੁੱਛਗਿੱਛ ਚਾਹੁੰਦਾ ਹੈ ਜਿਉਂ ਦੀ ਤੋਂ ਅਗਲੀ ਕਾਰ ਵੀ ਲਿਆਉਂਦੀ ਜਾਊਗੀ ਅਤੇ ਇਹ ਸਾਡਾ ਓਪਰੇਸ਼ਨ ਚੱਲ ਰਿਹਾ ਕੱਲ੍ਹ ਤੋਂ ਸ਼ੁਰੂ ਹੋਇਆ ਅਤੇ ਰੈਗੂਲਰ ਚੱਲੂਗਾ ਜਦ ਤੱਕ ਇਹ ਜੋ ਵਿਅਕਤੀ ਨੇ ਗ੍ਰਿਫਤਾਰ ਨਹੀਂ ਹੋ ਸਕਦਾ। ਇਹ ਜਿਹੜੇ ਸਾਹਮਣੇ ਵੀਡੀਓ ਆਈ ਹੈ ਕਿ ਕਾਲੇ ਕੱਛੇ ਪਾਏ ਵਗੈਰਾ ਇਹਨਾਂ ਨੇ ਪਾਏ ਹੋਏ ਆ ਦਾ ਰੌਲਾ ਪਿਆ ਆ? ਹੈ ਪਾਏ ਕੱਛੇ ਵੀ ਪਾਏ ਵੀ ਸੀ ਉਹਨਾਂ ਨੇ ਅਤੇ ਜਦੋਂ ਉਹਨਾਂ ਨੇ ਬੁਲਟ ਬੁਲਟ ਚੋਰੀ ਕੀਤਾ ਉਹਨਾਂ ਨੇ ਆਪਣੇ ਕੱਪੜੇ ਚੇਂਜ ਕਰਕੇ ਫਿਰ ਉੱਥੋਂ ਗਏ ਨੇ। ਇਹ ਸਾਹਮਣੇ ਆ ਜਿਹੜੇ ਤੁਸੀਂ ਰਾਊਂਡ ਅਪ ਕੀਤੇ ਉਹਨਾਂ ਦੇ ਵਿੱਚ ਇਹ ਵੀ ਤਾਂ ਲੋਕ ਹੈਗੇ ਆ? ਅਸੀਂ ਰਾਊਂਡ ਅਪ ਕੀਤੇ ਨੇ ਫਿਲਹਾਲ, ਹਜੇ ਉਹਨਾਂ ਤੋਂ ਪੁੱਛਗਿੱਛ ਚੱਲ ਰਹੀ ਹੈ। ਜਦੋਂ ਪੁੱਛਗਿੱਛ ਜੋ ਵੀ ਗੱਲ ਸਾਹਮਣੇ ਆਊਗੀ ਉਹ ਫਿਰ ਮੁੱਛ ਲੈਂਦੇ ਜੋ। ਐਸ ਐਚ ਓ ਸਾਹਿਬ, ਜਿਹੜੀ ਆਪਣੀ ਪੀ ਸੀ ਆਰ ਆਪਣੇ ਕਿੰਨੇ ਬੀਟ ਚੱਲਦੇ ਮੋਟਰਸਾਈਕਲਾਂ ਦੇ? 6 ਬੀਟ ਚੱਲਦੇ ਨੇ ਜੀ। ਅਤੇ ਇਸ ਏਰੀਏ 'ਚ ਪੀ ਸੀ ਆਰ ਘੁੰਮਦੀ ਆ ਰੈਗੂਲਰ? ਬਿਲਕੁਲ ਜੀ, 6 ਬੀਟ ਚੱਲਦੇ ਨੇ। ਮੁੰਗੇ ਫਗਵਾੜੇ ਦਾ ਹਰ ਇੱਕ ਕੋਨਾ ਉਹਨਾਂ ਨੂੰ ਦਿੱਤਾ ਹੋਇਆ, ਬੀਟ ਦਿੱਤਾ ਹੋਇਆ, ਵੋਕੀ ਟੋਕੀ ਸੈੱਟ ਦਿੱਤੇ ਹੁੰਦੇ ਨੇ, ਹਰ ਇੱਕ ਨਾਲ ਦੂਜੇ ਨਾਲ ਟੱਚ 'ਚ ਰਹਿੰਦੇ ਨੇ। ਅਤੇ ਹੁਣ ਵੀ ਅਸੀਂ ਰਾਤ ਤੋਂ ਇਹੀ ਓਪਰੇਸ਼ਨ ਚਲਾਇਆ ਪਿਆ, ਦੁਬਾਰਾ ਤੋਂ ਅਸੀਂ ਸਵੇਰ ਤੱਕ ਕਰ ਰਹੇ ਹਾਂ ਅਤੇ ਜਲਦੀ ਇਹਨਾਂ ਨੂੰ ਕਾਬੂ ਕਰ ਲਾਂ। ਅਤੇ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ 'ਚ? ਕਾਫੀ ਇਹ ਦਹਿਸ਼ਤ ਹੈਗੀ ਆ ਵੀ ਕਾਲੇ ਕੱਛਿਆਂ ਵਾਲੇ ਸ਼ਹਿਰ ਦੇ ਵਿੱਚ ਆ ਗਏ ਆ ਔਰ ਕਾਫੀ ਗਰੁੱਪ ਬਣਾ ਕੇ ਤੁਰਦੇ ਪਏ ਆ? ਨਹੀਂ, ਮੈਂ ਮੈਸੇਜ ਇਹੀ ਦੇਣਾ ਚਾਹੂੰਗਾ, ਕੋਈ ਘਬਰਾਉਣ ਦੀ ਲੋੜ ਨਹੀਂ, ਪੁਲਿਸ ਜਲਦੀ ਜਲਦੀ ਇਹਨਾਂ ਨੂੰ ਫੜ ਲਊਗੀ ਅਤੇ ਅਸੀਂ ਪੂਰੇ ਮੁਸਤੈਦ ਹਾਂ। ਘੱਟੋ ਘੱਟ ਰਾਤ ਵੀ ਅਸੀਂ 40 ਦੀ ਟੀਮ ਸੀ ਜੋ ਸ਼ਹਿਰ 'ਚ ਪੂਰੀ ਤਰ੍ਹਾਂ ਮੁਸਤੈਦੀ ਨਾਲ ਚੈਕਿੰਗ ਕਰ ਰਹੀ ਸੀ ਅਤੇ ਜਲਦੀ ਜਲਦੀ ਇਹਨਾਂ ਨੂੰ ਕਾਬੂ ਕਰੂੰਗਾ, ਕੋਈ ਇੱਦਾਂ ਘਬਰਾਉਣ ਵਾਲੀ ਕੋਈ ਗੱਲ। ਅਤੇ ਜਿਹੜੀ ਸ਼ਿਕਾਇਤ ਦਿੱਤੀ ਉਹ ਕਿਹਦੇ ਵੱਲੋਂ ਦਿੱਤੀ ਗਈ ਸ਼ਿਕਾਇਤ ਜੀ? ਉਹ ਚੋਪੜਾ ਕਰੋਪਰੀ ਵਾਲੇ ਨੇ ਅਤੇ ਉਹਨਾਂ ਵੱਲੋਂ ਸ਼ਿਕਾਇਤ ਆਈ ਹੈ ਅਤੇ ਅੱਜ ਉਹਨਾਂ ਦੀ FIR ਦਰਜ ਕਰਕੇ ਕੰਮ ਕਾਰਵਾਈ ਕੀਤੀ ਜਾਊਗੀ। ਅਤੇ ਜਿਹੜੇ ਬੰਦੇ ਘੁੰਮ ਰਹੇ ਕਦੋਂ ਤੱਕ ਫੜਨ ਦੀ ਆਸ ਹੈ? ਇਹ ਜਲਦੀ ਜਲਦੀ ਫੜ ਲਾਂਗੇ ਕਿਉਂਕਿ ਅਸੀਂ ਰੈਗੂਲਰ ਓਪਰੇਸ਼ਨ ਕਰ ਰਹੇ ਹਾਂ, ਜਲਦੀ ਜਲਦੀ ਅਸੀਂ ਇਹਨਾਂ ਨੂੰ। ਇਹਨਾਂ ਨੇ ਪਟੇਲ ਨਗਰ ਵਿੱਚ ਵੀ ਕੋਈ ਚੋਰੀ ਕੀਤੀ ਸੀ, ਉੱਥੇ ਵੀ ਗੁਮਾਨ? ਪਟੇਲ ਨਗਰ ਵਿੱਚ ਉੱਧਰ ਲੰਘੇ ਸੀ, ਲੋਕਾਂ ਦੇ ਝਾਂਕੇ ਧੁੱਕੇ ਮਾਰਿਆ ਸੀ, ਚੋਰੀ ਕੋਈ ਨਹੀਂ। ਉੱਥੇ ਕੋਈ ਹੋਰ ਇੱਕ ਮਾਮਲਾ ਆਇਆ, ਕਹਿੰਦੇ ਕੋਈ ਬੰਦੀ ਬਣਾਇਆ ਕਿਸੇ ਨੂੰ, ਇੱਦਾਂ ਦਾ ਕੋਈ ਸਾਹਮਣੇ ਆਇਆ ਕੁਛ? ਨਹੀਂ, ਉਹ ਗੇਟ ਗੂਟ ਟੱਪੇ ਸੀ, ਜਦੋਂ ਉੱਠੇ ਤਾਂ ਉਹ ਭੱਜ ਗਏ।